ਨਾਮ ਰਾਜਵਿੰਦਰ ਸਿੰਘ, ਵਾਸੀ ਭਗਤ ਸਿੰਘ ਨਗਰ ਦੇ ਰਹਿਣ ਵਾਲਾ ਅਤੇ ਜੀਟੀ ਰੋਡ ਦੇ ਲੁਧਿਆਣਾ ਜੀਟੀ ਰੋਡ 'ਤੇ ਨਾ ਵਰਕਸ਼ਾਪ ਕਰਦਾ। ਕੱਲ੍ਹ ਕੋਈ ਬੇਲ ਸਿੰਘ ਅਤੇ ਇਹਦਾ ਭਰਾ ਕਾਕਾ ਬਰਾੜ ਦੇ ਨਾਲ 8-9 ਹੋਰ ਬੰਦੇ ਆਏ ਅਤੇ ਇਹਨਾਂ ਨੇ ਆ ਕੇ ਇਹਦੀ ਭੰਦਫਗੀ ਦੇ ਕੈਮਰੇ ਕੋਲ ਲੈ ਗਏ, ਡੀ ਵੀ ਆਰ ਕੋਲ ਤੋੜ ਕੇ ਲੈ ਗਏ। ਕੀ ਮਸਲਾ ਕੀ ਸੀਗਾ ਸਰ? ਇਹ ਕੋਈ ਰੰਜਿਸ਼, ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ, ਕੋਈ ਇਹਦੇ ਛੋਟੇ ਭਰਾ ਨਾਲ ਕੋਈ ਇਹਨਾਂ ਦੀ ਰੰਜਿਸ਼ ਹੈਗੀ ਹੈ, ਉਹਦੇ ਕਰਕੇ ਆਏ ਸੀਗੇ। ਬਸ ਡੀ ਡੀ ਐਸ ਆਪਾਂ ਲੈ ਕੇ, ਡੀ ਵੀ ਆਰ ਲੈ ਕੇ ਆ, ਕੈਮਰੇ ਲਾ ਕੇ ਲੈ ਕੇ, ਗੱਡੀਆਂ ਗੁੱਡੀਆਂ ਬਣ ਕੇ, ਚੀਜ਼ਾਂ ਬਣ ਕੇ। ਨੁਕਸਾਨ ਤਾਂ ਨਹੀਂ? ਨਹੀਂ, ਸੱਟਾਂ ਨਹੀਂ ਲੱਗੀ, ਸੱਟਾਂ ਤੋਂ ਬਿਨਾਂ। ਕਿਹੜੇ ਸੈਕਸ਼ਨ ਦੇ ਤਹਿਤ ਮਾਮਲਾ ਦਰਜ ਕੀਤਾ? ਇਹ ਅੰਡਰ ਸੈਕਸ਼ਨ 451, 323, 506, 149 ਆਈਪੀਸੀ। ਨਹੀਂ, ਅਜੇ ਕੋਈ ਗ੍ਰਿਫਤਾਰੀ ਨਹੀਂ। ਮੈਨੂੰ ਤਾਂ ਜੀ ਆਪ ਨੂੰ ਸਮਝ ਨਹੀਂ ਲੱਗੀ, ਮੈਂ ਤਾਂ ਬੰਦੇ ਵੀ ਨਹੀਂ ਜਾਣਦਾ ਸੀਗਾ ਜੀ ਕੌਣ ਆ ਕੌਣ ਨਹੀਂ। ਮੈਂ ਤਾਂ ਇੱਥੇ ਬਾਹਰ ਬੈਠਾ ਸੀਗਾ ਕੁਰਸੀ 'ਤੇ, ਅਤੇ ਮੈਂ ਅੰਦਰੋਂ ਗੇੜਾ ਕੱਢ ਕੇ ਬਾਹਰ ਨਿਕਲਿਆ, ਤਿੰਨ ਚਾਰ ਗੱਡੀਆਂ ਆਈਆਂ। ਮੈਂ ਦੇਖਿਆ, ਮੈਂ ਥੋੜ੍ਹਾ ਜਿਹਾ ਸਾਈਡ ਨੂੰ ਹੋਇਆ, ਮੈਂ ਪਰੇ ਨਿਉਂ ਉਹਲੇ ਹੋਇਆ, ਉਹ ਇੰਨੇ ਨੂੰ ਤਾਂ ਭੰਨ ਤੋੜ ਕਰਨ ਲੱਗ ਗਏ ਜੀ। ਵੀ ਜਾਣੀ ਕਿ ਆਹ ਦੇਖੋ ਜੀ ਹਾਲਾਤ ਕੀ ਬਣਾ ਤੇ ਇਹਨਾਂ ਨੇ, ਆਹ ਇੱਟਾਂ ਨਘਾਤੀਆਂ ਇਹਦੇ ਸ਼ੈੱਡ ਵਿੱਚ ਦੀ ਸਾਰੇ ਦੇ, ਇੱਧਰੋਂ ਗੱਡੀਆਂ ਮੂਧੀਆਂ ਮਾਰਤੀਆਂ। ਗੱਡੀਆਂ ਵੀ ਮੇਰੀਆਂ ਆਪਦੀਆਂ ਨਹੀਂ ਗੀਆਂ ਜੀ, ਗੱਡੀਆਂ ਵੀ ਮੇਰੇ ਕੋਲ ਤਾਂ ਕੰਮ ਨੂੰ ਆਈਆਂ ਸੀਗੀਆਂ, ਗਾਹਕਾਂ ਦੀਆਂ ਗੱਡੀਆਂ, ਉਹ ਵੀ ਭੰਨ ਤੋੜ ਕਰਕੇ ਗਏ ਆ, ਦਫ਼ਤਰ ਦੀ ਭੰਨ ਤੋੜ ਕਰ ਗਏ, ਕੈਮਰੇ ਆਪਦੇ ਨੇ ਉਹ ਸਾਰੇ ਪੱਟ ਕੇ ਲੈ ਗਏ ਆ ਜੀ, ਡੀ ਵੀ ਆਰ ਪੱਟ ਕੇ ਲੈ ਗਏ ਆ। ਪਰ ਮੇਰੇ ਕੋਲ ਕੁਛ ਕਲਿੱਪ ਹੈਗੀਆਂ ਜਿਹੜੀਆਂ ਵੀ, ਜਾਣੀ ਕਿ ਮੇਰੇ ਕੋਲ ਆਪਦੀਆਂ ਰਹਿਗੀਆਂ, ਸਕਰੀਨ ਰਿਕਾਰਡਿੰਗ ਕੀਤੀ ਵੀ, ਅਤੇ ਕਾਫੀ ਜਾਣੀ ਕਿ ਨੁਕਸਾਨ ਕਰ ਗਏ ਜੀ। ਵੀ ਜਾਣੀ ਕਿ ਕਹਿੰਦੇ ਤਾਂ ਇੱਥੇ ਆਈ ਆ ਜੀ ਸਾਰੇ, ਵੀ ਜਿਹੜੇ ਜਿਨ੍ਹਾਂ ਨੇ ਨੇੜਿਓਂ ਦੇਖਿਆ, ਕਿਉਂਕਿ ਮੈਂ ਤਾਂ ਪਾਸੇ ਸੀਗਾ, ਮੈਂ ਤਾਂ ਉਹ ਪਰੇ ਨਿਉਂ ਦੇ ਉਹਲੇ ਸੀਗਾ ਜੀ, ਸੀਗੇ ਜੀ 20 ਤੋਂ 25 ਜਣੇ ਸੀਗੇ ਜੀ। ਲੱਗਦਾ ਜੇ ਨਾ ਪਾਸੇ ਤੁਹਾਨੂੰ ਮਾਰ ਵੀ ਸਕਦੇ? ਬਿਲਕੁਲ ਜੀ, ਮਾਰ ਸਕਦੇ ਸੀਗੇ, ਅਤੇ ਹਜੇ ਵੀ ਖਤਰਾ ਹੀ ਆ ਜਿੰਨਾ ਟਾਈਮ ਉਹ ਬਾਹਰ ਹੈ ਜੀ। ਪੁਲਿਸ ਮਹਿਕਮਾ ਨੇ ਵੀ ਜਾਣੀ ਕਿ ਆਪਦੀ ਕਾਰਵਾਈ ਕਰਤੀ ਆ, ਪਰਚਾ ਤਾਂ ਦੇਤਾ ਉਹਨਾਂ ਖਿਲਾਫ਼, ਅਤੇ ਬਾਕੀ ਜੇ ਅਰੈਸਟ ਪਾ ਦੇਣ ਤਾਂ ਬੜਾ ਵਧੀਆ ਹੋਊਗਾ ਜੀ, ਕਿਉਂਕਿ ਜਿੰਨਾ ਟਾਈਮ ਉਹ ਬਾਹਰ ਆ ਉਨਾ ਟਾਈਮ ਸਾਨੂੰ ਖਤਰਾ ਹੀ ਹੈ ਜੀ। ਨੁਕਸਾਨ ਕਿੰਨਾ ਹੋਇਆ, ਕਿੰਨਾ ਕੁ ਨੁਕਸਾਨ ਮੰਨਦੇ? ਨੁਕਸਾਨ ਤਾਂ ਜੀ ਹੁਣ ਜਿਵੇਂ ਜਾਣੀ ਕਿ ਇਕੱਠਾ ਕਰਨਾ ਸ਼ੁਰੂ ਕਰਾਂਗੇ ਜੀ, ਉਦੋਂ ਹੀ ਪਤਾ ਲੱਗੂਗਾ, ਲੱਖ ਪਲੱਸ ਹੀ ਹੋਊਗਾ ਜੀ ਘੱਟੋ ਘੱਟ, ਜਿਹੜੇ ਹਿਸਾਬ ਨਾਲ ਗੱਡੀਆਂ ਦੀ ਭੰਨ ਤੋੜ ਆ, ਉਸ ਹਿਸਾਬ ਨਾਲ ਤਾਂ 2-2.5-3 ਲੱਖ ਰੁਪਏ ਦੇ ਵਿੱਚ ਜਾਊਗਾ ਜੀ। ਵਰਕਸ਼ਾਪ ਦੀ ਭੰਨ ਤੋੜ ਬਹੁਤ ਆ, ਕੈਮਰੇ ਸਾਰੇ ਲਾਹ ਕੇ ਲੈ ਗਏ ਉਹਨਾਂ ਨੇ ਤਾਂ ਆਪਦੇ ਲਈ, ਵੀ ਜਾਣੀ ਕਿ ਵਧੀਆ ਕੰਮ ਕੀਤਾ, ਵੀ ਅਸੀਂ ਜਾਂਦੇ ਧਮਕੀ ਦੇ ਕੇ ਗਏ, ਕਹਿੰਦੇ ਮਾਰਨੀ ਆ ਇਹ, ਵੀ ਮੈਨੂੰ ਅਤੇ ਮੇਰੇ ਬ੍ਰਦਰ ਨੂੰ ਜੀ ਇਹੀ ਕਹਿੰਦੇ ਆ ਵੀ ਮਾਰਨਾ ਹੀ ਆ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਸਾਨੂੰ ਵੀ ਜੋ ਜਾਇਜ਼ ਇਨਸਾਫ ਦੇਣ ਜੀ, ਵੀ ਜੇ ਜਿੰਨਾ ਹੋ ਸਕਦਾ ਇਨਸਾਫ ਚਾਹੀਦਾ ਜੀ ਸਾਨੂੰ ਤਾਂ। ਬਿਲਕੁਲ ਜੀ, ਰੱਖਿਆ ਚਾਹੀਦੀ ਹੈ ਸਾਨੂੰ ਤਾਂ, ਹੋਰ ਕੁਛ ਨਹੀਂ ਚਾਹੀਦਾ।